ਡੇਲੀ ਪੋਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾਏਗਾ ਅਤੇ ਉਸ ਬਜਟ ਤੋਂ ਕਾਫੀ ਲੋਕਾਂ ਨੂੰ ਉਮੀਦਾਂ ਨੇ ਅਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਉਮੀਦਾਂ ਨੇ, ਅੰਮ੍ਰਿਤਸਰ ਦੇ ਲੋਕ ਵੀ ਉਹਨਾਂ ਕੋਲ ਵੀ ਜਾਣ ਲੈਂਦੇ ਹਾਂ ਕਿ ਉਹ ਕੀ ਉਮੀਦਾਂ ਲਾ ਕੇ ਬੈਠੇ ਆ ਕੇਂਦਰ ਸਰਕਾਰ ਦੇ ਬਜਟ ਕੋਲ, ਕਿਉਂਕਿ ਹਰ ਵਾਰੀ ਜਦੋਂ ਬਜਟ ਆਉਂਦਾ ਵਾ ਲੋਕਾਂ ਨੂੰ ਉਮੀਦਾਂ ਹੁੰਦੀਆਂ ਨੇ ਕਿ ਹਰ ਚੀਜ਼ ਸਸਤੀ ਹੋਏਗੀ ਪਰ ਮਹਿੰਗਾਈ ਜ਼ਰੂਰ ਹੁੰਦੀ ਆ, ਪਰ ਇਸ ਵਾਰ ਕੀ ਉਮੀਦਾਂ ਲਾ ਕੇ ਲੋਕ ਬੈਠੇ ਨੇ? ਕੀ ਨਾਮ ਤੁਹਾਡਾ ਜੀ? ਸੰਦੀਪ। ਸੰਦੀਪ ਜੀ, ਕੀ ਕਹਿਣਾ ਚਾਹੋਗੇ, ਕੀ ਉਮੀਦ ਲਾ ਕੇ ਬੈਠੇ ਜੀ? ਉਮੀਦ ਇੱਕੋ ਹੀ ਹੈ ਕਿ ਜਿਹੜੀ ਇੰਡੀਅਨ ਇਕਾਨਮੀ ਹੈ ਵੈਂਟੀਲੇਟਰ 'ਤੇ ਚੱਲ ਰਹੀ ਹੈ ਨਾ, ਉਹਦੇ ਬਾਅਦ ਸਰਕਾਰ ਨੂੰ ਸੋਚਣਾ ਚਾਹੀਦਾ ਕੁਛ। ਐਸੇ ਕਾਰੋਬਾਰ ਦੀ ਸਥਿਤੀ ਇੰਨੀ ਹੈ ਕਿ ਲੋਕ ਚੰਗੇ ਚੱਲ ਬੰਦੇ ਜਿਹੜੇ ਨਾ ਕੰਮ ਬੰਦ ਕਰ ਰਹੇ ਆਪਣੇ, ਸਰਕਾਰ ਨੂੰ ਦੇਖਣਾ ਚਾਹੀਦਾ ਕੀ ਕਾਰਨ, ਰੀਜ਼ਨ ਕੀ ਹੈ। ਇਹ ਚੀਜ਼ ਜ਼ਿਆਦਾ ਦੇਖਣਾ ਜੀ, ਬਜਟ ਚੀਜ਼ ਸਸਤੀ ਹੋਣੀ ਆ ਨਾ ਹੋਣੀ, ਕੰਮ ਚੱਲਣੇ ਚਾਹੀਦੇ ਬੰਦੇ ਲੋਕਾਂ ਦੇ। ਲੱਗਦਾ ਬਾਹਰਲੀਆਂ ਕੰਪਨੀਆਂ ਜਿਹੜੀਆਂ ਇੱਥੇ ਆਈ ਜਾਂਦੀਆਂ ਵਾ ਉਹਦੇ ਕਰਕੇ ਵੀ ਸਾਨੂੰ ਕੋਈ ਘਾਟਾ ਹੋਣਾ? ਉਹਦਾ ਕੋਈ ਮਤਲਬ ਨਹੀਂ ਗਾ, ਉਹਦਾ ਕੋਈ ਮਤਲਬ ਨਹੀਂ, ਇੰਡੀਅਨ ਇਕਾਨਮੀ ਜਾਣ ਹੈ ਨਹੀਂ ਇਸ ਲਈ, ਪਤਾ ਨਹੀਂ ਕੀ ਚੱਕਰ ਕਿਵੇਂ ਹੋ ਰਿਹਾ, ਜ਼ਿਆਦਾ ਐਕਸਪਰਟ ਨੂੰ ਪਤਾ ਹੋਏਗਾ, ਲੇਕਿਨ ਇੱਥੇ ਮਾਰਕੀਟ ਦੀ ਹਾਲਤ ਬਹੁਤ ਕੰਡੀਸ਼ਨ ਬਹੁਤ ਖਰਾਬ ਹੈ। ਤੁਸੀਂ ਦੇਖ ਰਹੇ ਹੋਣੇ ਆਟੋਮੋਬਾਈਲ ਸੈਕਟਰ ਦੇ ਵਿੱਚ ਕੀ ਹਾਲਤ ਹੈ, 35,000 ਕਰੋੜ ਦੀਆਂ ਗੱਡੀਆਂ ਜਿਹੜੀਆਂ ਉਹਨੇ ਇਨਵੈਂਟਰੀ 'ਚ ਖੜੋਤੀ ਹੋਈਆਂ, ਗੱਡੀਆਂ ਵਿਕਦੀਆਂ ਨਹੀਂ ਪਈਆਂ, ਇਕਾਨਮੀ ਚੱਲਦੀ ਨਹੀਂ ਪਈ, ਕਿਵੇਂ ਹੋਏਗਾ? ਸਰਕਾਰ ਨੂੰ ਇਹ ਚੀਜ਼ ਸੋਚਣਾ ਚਾਹੀਦਾ, ਇਸ ਲਈ ਬਹੁਤ ਦਿੱਕਤ 'ਚ ਸਰ ਹਰ ਬੰਦਾ, ਜਿਹੜਾ ਜਿਸ ਲੈਵਲ 'ਤੇ ਬੈਠਾ ਉਹ ਪਰੇਸ਼ਾਨ ਹੈ ਇਸ ਲਈ। ਸੋ ਦਿੱਕਤ ਦਾ ਸਾਹਮਣਾ ਜਿਹੜਾ ਵਾ ਹਰ ਇੱਕ ਨੂੰ ਕਰਨਾ ਪੈ ਰਿਹਾ ਵਾ। ਸਰ ਕੀ ਕਹਿਣਾ ਚਾਹੋਗੇ, ਬਜਟ ਜਿਹੜਾ ਹੈਗਾ ਵਾ ਤਕਰੀਬਨ ਹੀ ਜਿਹੜਾ ਖਰਾਬੀ ਕਰਦਾ ਵਾ ਬਜਟ, ਕੀ ਕਹਿਣਾ ਚਾਹੋਗੇ ਭਾਅ ਜੀ? ਲੋਕ ਬਜਟ ਜਿਹੜੀ ਆਪਣੀਆਂ ਮੁਸ਼ਕਲਾਂ ਵਾ ਉਹ ਵੀ ਸਰਕਾਰ ਨੂੰ ਨਹੀਂ ਦੱਸਣਾ ਚਾਹੁੰਦੇ, ਕਿਉਂਕਿ ਲੋਕਾਂ ਨੂੰ ਸ਼ਰਮ ਆਉਂਦੀ ਆ ਕਿ ਆਪਣੀ ਮੁਸ਼ਕਲ ਦੱਸਾਂਗੇ ਤਾਂ ਕੀ ਪਤਾ ਸਰਕਾਰ ਸਾਡੀ ਸੁਣਦੀ ਹੈ ਕਿ ਨਹੀਂ ਸੁਣਦੀ, ਇਹ ਗੱਲ ਜਿਹੜੀ ਹੈਗੀ ਆ ਹਮੇਸ਼ਾ ਸਾਹਮਣੇ ਆਉਂਦੀ ਆ। ਸਰ ਬਜਟ ਪੇਸ਼ ਹੋਣ ਵਾਲਾ, ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੀ ਉਮੀਦ ਕਰਦੇ ਸਰਕਾਰ ਕੋਲ? ਆਮ ਆਦਮੀ ਲਈ ਆਉਣਾ ਚਾਹੀਦਾ, ਅੱਛਾ ਬਜਟ ਆਉਣਾ ਚਾਹੀਦਾ, ਆਮ ਆਦਮੀ ਨੂੰ ਪ੍ਰੋਬਲਮ ਨਾ ਹੋਵੇ। ਘਰ ਦਾ ਸਮਾਨ ਵੀ ਮਹਿੰਗਾ ਵਾ, ਹਰ ਚੀਜ਼ ਮਹਿੰਗੀ ਆ, ਐਰ ਕੀ ਲੱਗਦਾ ਕਿ ਇਸ ਬਜਟ ਵਿੱਚ ਕੁਛ ਰਾਹਤ ਮਿਲੇਗੀ ਲੋਕਾਂ ਨੂੰ? ਦੇਖੋ ਜੀ, ਕੁਛ ਕਹਿ ਨਹੀਂ ਸਕਦੇ, ਇਹ ਤਾਂ ਹੁਣ ਜਿਹੜੀ ਗੌਰਮੈਂਟ ਹੈ ਉਹਨੇ ਡਿਸਾਈਡ ਕਰਨਾ ਕਿ ਇਹਨਾਂ ਸਾਡੇ ਕਿਹਾ ਕੋਈ ਬਜਟ ਪੇਸ਼ ਹੋ ਨਹੀਂ ਜਾਣਾ, ਕਿ ਹੋ ਸਕਦਾ ਕੁਛ ਵੀ ਨਹੀਂ ਹੋ ਸਕਦਾ। ਗੌਰਮੈਂਟ ਜੋ ਚਾਹੁੰਦੀ, ਜੋ ਉਹਦੀ ਪਾਲਿਸੀ, ਉਹਦੇ ਹਿਸਾਬ ਨਾਲ ਉਹ ਬਜਟ ਪੇਸ਼ ਕਰੇਗੀ, ਆਉਂਦੇ ਹੋ ਜਦੋਂ ਵੋਟਾਂ ਦੀ ਵਾਰੀ ਹੈ। ਦੇਖਣਾ ਹੋਏਗਾ ਕਿ ਜਦੋਂ ਬਜਟ ਪੇਸ਼ ਹੁੰਦਾ ਵਾ ਸਰਕਾਰ ਬਜਟ ਕਿਸ ਤਰ੍ਹਾਂ ਦਾ ਪੇਸ਼ ਕਰਦੀ ਹੈ, ਕਿਉਂਕਿ ਮੁਸ਼ਕਲ ਦਾ ਸਾਹਮਣਾ, ਮੇਰੇ ਵੀਰ ਵੀ ਗੱਲ ਕਰਨਾ ਚਾਹੁੰਦੇ ਆ, ਫਿਰ ਦੁਬਾਰਾ ਇਸ਼ਾਰਾ ਮਾਰਦੇ ਪਏ ਨੇ, ਕਿਉਂਕਿ ਉਹਨਾਂ ਨੂੰ ਆਪਣੀਆਂ ਕੁਛ ਗੱਲਾਂ ਰੱਖਣੀਆਂ ਚਾਹੁੰਦੇ ਨੇ ਮੀਡੀਆ ਦੇ ਅੱਗੇ, ਕਿਉਂਕਿ ਸਰਕਾਰ ਤੱਕ ਗੱਲ ਪਹੁੰਚਾਉਣ ਦਾ ਇੱਕੋ ਹੀ ਕੰਮ ਹੁੰਦਾ ਕਿ ਮੀਡੀਆ ਇੱਕ ਜ਼ਰੀਆ ਹੁੰਦਾ ਵਾ। ਕੀ ਕਹਿਣਾ ਚਾਹੋਗੇ ਬਜਟ ਕਿਸ ਤਰ੍ਹਾਂ ਚਾਹੁੰਦੇ? ਮੋਦੀ ਸਰਕਾਰ ਦੀ ਜਿਹੜੀ ਪਾਰੀ 2 ਹੋਵੇ, ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਵਧੀਆ ਜਾਏਗੀ, ਔਰ ਪਬਲਿਕ ਦੀਆਂ ਜੋ ਪਰੇਸ਼ਾਨੀਆਂ ਨੇ ਉਹਨੂੰ ਦੂਰ ਕੀਤਾ ਜਾਏਗਾ, ਆਮ ਆਦਮੀ ਦੀ ਜੋ ਜ਼ਰੂਰਤਾਂ ਨੇ, ਆਮ ਆਦਮੀ ਨੂੰ ਕਾਰੋਬਾਰ ਚਾਹੀਦਾ, ਸੁੱਖ ਸੁਵਿਧਾ ਚਾਹੀਦਾ, ਲੁੱਟਮਾਰ ਜਿਹੜੀ ਹਰ ਜਗ੍ਹਾ ਹੋ ਰਹੀ ਹੈ, ਉਹਦਾ ਕੁਛ ਧਿਆਨ ਹੋਣਾ ਚਾਹੀਦਾ। ਹਰ ਦੇਖੋ ਬੰਦਾ ਸਾਰੀ ਜ਼ਿੰਦਗੀ ਕਮਾਉਂਦਾ ਅਤੇ ਕੋਈ ਨਾ ਕੋਈ ਆਉਂਦਾ ਲੁੱਟ ਕੇ ਲੈ ਜਾਂਦਾ, ਉਹਦੇ 'ਤੇ ਹਿੰਦੁਸਤਾਨ ਚਾਹੀਦਾ, ਕੋਈ ਕਾਨੂੰਨ ਨਹੀਂ ਹੈਗਾ, ਉਹਦੇ ਉੱਤੇ ਹਿੰਦੁਸਤਾਨ ਨੂੰ ਗੌਰ ਕਰਨਾ ਚਾਹੀਦਾ। ਤੁਸੀਂ ਦੇਖੋ, ਤੁਸੀਂ ਘਰੋਂ ਨਿਕਲਦੇ ਹੋ, ਤੁਹਾਨੂੰ ਨਹੀਂ ਪਤਾ ਤੁਸੀਂ ਘਰ ਵਾਪਸ ਸੇਫ ਆਉਣਾ ਕਿ ਨਹੀਂ ਆਉਣਾ। ਬਜਟ ਦੇ ਨਾਲ ਨਾਲ ਹਰ ਇਹ ਵੀ ਇੱਕ ਚੀਜ਼ ਹੈ ਜਿਹਦੇ 'ਤੇ ਗੌਰ ਕਰਨਾ ਚਾਹੀਦਾ ਆਪਣਾ ਸੈਂਟਰ ਗੌਰਮੈਂਟ ਔਰ ਪੰਜਾਬ ਗੌਰਮੈਂਟ। ਸੋ ਬਹੁਤ ਵਧੀਆ ਗੱਲ ਇਹਨਾਂ ਨੇ ਆਖੀ ਹੈ ਕਿ ਹਰ ਪਾਸੇ ਜਿਹੜਾ ਧਿਆਨ ਵਾ ਉਹ ਕਰਨਾ ਚਾਹੀਦਾ ਵਾ, ਸੈਂਟਰ ਸਰਕਾਰ ਨੂੰ ਧਿਆਨ ਕਰਨਾ ਚਾਹੀਦਾ ਵਾ, ਪੰਜਾਬ ਸਰਕਾਰ ਨੂੰ ਧਿਆਨ ਕਰਨਾ ਚਾਹੀਦਾ, ਤਮਾਮ ਲੋਕ ਜਿਹੜੇ ਬੈਠੇ ਨੇ ਆਪਣੀ ਆਪਣੀ ਰਾਏ ਜਦੋਂ ਸਵੇਰੇ ਸਵੇਰੇ ਬਹਿੰਦੇ ਨੇ ਚਾਹ ਦੀਆਂ ਚੁਸਕੀਆਂ ਦੇ ਨਾਲ, ਆਪਣੀ ਆਪਣੀ ਰਾਏ ਜਿਹੜੀ ਆ ਉਹ ਸਾਹਮਣੇ ਰੱਖਦੇ ਨੇ, ਅਤੇ ਰਾਏ ਸਾਹਮਣੇ ਰੱਖਣ ਤੋਂ ਬਾਅਦ ਉਹਨਾਂ ਨੇ ਸਰਕਾਰ ਨੂੰ ਕਿਸੇ ਨੇ ਕੋਸਣਾ ਹੁੰਦਾ ਅਤੇ ਕਿਸੇ ਨੇ ਸਰਕਾਰ ਨੂੰ ਵਧੀਆ ਕਹਿਣਾ ਹੁੰਦਾ ਵਾ, ਪਰ ਮੀਡੀਆ ਦੇ ਸਾਹਮਣੇ ਜਦੋਂ ਆਪਣੀ ਗੱਲ ਰੱਖੀ ਜਾਂਦੀ ਆ ਅਤੇ ਹਮੇਸ਼ਾ ਗੱਲ ਰੱਖਣ ਤੋਂ ਬਾਅਦ ਇਹੋ ਹੁੰਦਾ ਵਾ ਕਿ ਇੱਕ ਜ਼ਰੀਆ ਜਿਹੜਾ ਮੀਡੀਆ ਹੀ ਹੁੰਦੀ ਆ ਕਿ ਜਿਹੜੇ ਸਰਕਾਰ ਤੱਕ ਗੱਲਾਂ ਤੁਹਾਡੀਆਂ ਪਹੁੰਚਾਈਆਂ ਜਾਂਦੀਆਂ ਵਾ, ਕਿਸ ਤਰ੍ਹਾਂ ਦਾ ਬਜਟ ਚਾਹੁੰਦੇ ਜੀ? ਬਜਟ ਸਰ ਕੋਈ ਜੁਮਲੇ ਵਾਲਾ ਨਹੀਂ ਹੋਣਾ ਚਾਹੀਦਾ, ਅੱਛਾ ਬਜਟ ਹੋਣਾ ਚਾਹੀਦਾ ਵਾ। ਅਸੀਂ ਇਹੀ ਚਾਹਵਾਂਗੇ ਕਿ ਲੋਕਾਂ ਦੇ ਬਾਰੇ ਸੋਚਿਆ ਜਾਵੇ, ਇੱਕ ਆਮ ਜਨਤਾ ਬਾਰੇ ਰੂਟੀਨ 'ਚ ਸੋਚਿਆ ਜਾਵੇ, ਜਿਹੜਾ ਸੋਚਿਆ ਨਹੀਂ ਜਾ ਪਾ ਰਿਹਾ। ਐਕਚੁਲੀ ਕੀ ਹੋ ਰਿਹਾ ਵਾ, ਅਸੀਂ ਜਦ ਤੋਂ ਮਤਲਬ ਬਜਟ ਤਾਂ ਦੇਖ ਰਹੇ ਆਪਾਂ,
ਟੀਵੀ ਅੱਗੇ ਬੈਠ ਜਾਂਦੇ ਹਾਂ ਕਿ ਬਜਟ ਆ ਰਿਹਾ ਜੀ, ਬਜਟ ਆ ਰਿਹਾ ਹੈ। ਉਸ ਤੋਂ ਬਾਅਦ ਲੋਕਾਂ ਨੂੰ 5 ਸਾਲ ਕੁਛ ਨਹੀਂ ਪਤਾ ਹੁੰਦਾ ਕਿ ਕੀ ਸਾਲ ਭਰ ਕੁਛ ਨਹੀਂ ਪਤਾ ਹੁੰਦਾ ਕਿ ਇਹ ਕੀ ਕਰ ਰਹੇ, ਪੈਸਾ ਕਿੱਥੇ ਜਾ ਰਿਹਾ ਵਾ, ਕਿੱਥੇ ਲੱਗ ਰਿਹਾ ਵਾ। ਸਰ ਉਸ ਉਹ ਜਿਹੜੀ ਡਿਟੇਲ ਹੈ ਉਹਦੇ ਬਾਰੇ ਵੀ ਮਤਲਬ ਧਿਆਨ ਦੇਣਾ ਚਾਹੀਦਾ, ਲੋਕਾਂ ਨੂੰ ਦੱਸਣਾ ਚਾਹੀਦਾ ਵੈ ਕਿ ਹਾਂਜੀ ਵੀ ਇਹ ਆਪਾਂ ਬਜਟ ਇਹ ਕੀਤਾ ਹੋਇਆ, ਇਹ ਨਹੀਂ ਕੀਤਾ। ਕੋਈ ਲੋਕਾਂ ਨੂੰ ਕੋਈ ਸਰੋਕਾਰ ਨਹੀਂ ਗਾ, ਮੈਂ ਇੱਕ ਗੱਲ ਕਹਿੰਦਾ ਵਾ, ਇਹ 'ਚ ਜਨਤਾ ਵੀ ਆਮ ਵੀ ਜ਼ਿੰਮੇਵਾਰ ਹੈਗੀ ਹੈ ਕਿ ਉਹ ਬਿਲਕੁਲ ਧਿਆਨ ਨਹੀਂ ਦਿੰਦੀ ਜੋ ਬਜਟ ਆਉਂਦਾ ਵੈ। ਤੋ ਤੁਸੀਂ ਰੂਟੀਨ 'ਚ ਤੁਸੀਂ ਵੀ ਦੇਖਦੇ ਹੋ ਇੱਕ ਚੀਜ਼ ਕਿ ਤੁਸੀਂ ਆਪ ਕੰਮ ਕਰਦੇ ਹੋ, ਤੁਹਾਨੂੰ ਆਪਣੇ ਕੰਮ ਨਾਲ ਮਤਲਬ ਹੈਗਾ ਵੈ, ਤੁਹਾਨੂੰ ਬਜਟ ਨਾਲ ਕੋਈ ਲੈਣਾ ਦੇਣਾ ਨਹੀਂ ਗਾ। ਪਰ ਜਿਹੜਾ ਸਾਨੂੰ ਕੋਈ ਮਤਲਬ ਇਹ ਚੀਜ਼ ਦੀ ਹਾਲੇ ਸਮਝ ਨਹੀਂ ਆਉਂਦੀ ਪ੍ਰੋਪਰ ਕਿ ਮਤਲਬ ਹਾਲੇ ਜਿਹੜੀ ਦੇਸ਼ ਦੀ ਜਨਤਾ ਹੈਗੀ ਹੈ ਉਹਨਾਂ ਨੂੰ ਇਹ ਚੀਜ਼ ਦੀ ਨਹੀਂ ਸਮਝ ਹੈਗੀ ਕਿ ਸਰ ਬਜਟ ਕਿਹੋ ਜਿਹਾ ਚਾਹੀਦਾ ਵਾ, ਕੀ ਹੈ। ਬਸ ਮੈਂ ਇਹੀ ਕਹਾਂਗਾ, ਹਾਲੇ ਇਹੋ ਹੀ ਚੀਜ਼ ਚਾਹੀਦੀ ਹੈ ਕਿ ਚੀਜ਼ਾਂ ਉਸ ਤਰ੍ਹਾਂ ਦੀਆਂ ਹੋਣ, ਸਰਕਾਰ ਨੂੰ ਪਤਾ ਲੱਗੇ ਕਿ ਲੋਕ ਕੀ ਚਾਹੁੰਦੇ ਆ। ਸੁਣੋ, ਤੁਸੀਂ ਸਾਨੂੰ ਪੁੱਛਣ ਆਇਓ ਕਿ ਬਜਟ ਕੈਸਾ ਹੋਣਾ ਚਾਹੀਦਾ, ਮੈਂ ਕਹਿੰਦਾ ਲੋਕਾਂ ਨੂੰ ਇਹ ਸਮਝ ਹੀ ਨਹੀਂ ਹੈਗੀ ਕਿ ਬਜਟ ਕੈਸਾ ਹੋਣਾ ਚਾਹੀਦਾ। ਲੋਕ ਹਾਲੇ ਇਹ ਤੋਂ ਬਜਟ ਤੋਂ ਰੂਬਰੂ ਹੀ ਨਹੀਂ ਗਏ ਸਰ, ਇਹ ਇੱਕ ਮਤਲਬ ਬੜਾ ਵੱਡਾ ਪੁਆਇੰਟ ਹੈਗਾ ਵੈ ਜਿਹੜਾ ਬੜਾ ਰੂਬਰੂ ਕਿਸ ਤਰ੍ਹਾਂ ਕਰਾਇਆ ਜਾਵੇ, ਲੋਕਾਂ ਨੂੰ ਕਿਸ ਤਰ੍ਹਾਂ ਕਰਾਇਆ ਜਾਵੇ। ਦੇਖੋ ਇਹ ਕਹਿ ਦਿੰਦੇ ਆ ਕਿ ਆਪਾਂ ਬੁਲੇਟ ਟ੍ਰੇਨ ਚਲਾ ਰਹੇ ਹਾਂ, ਲੋਕ ਪੂਰਾ ਸਾਲ ਸੋਚਦੇ ਬੁਲੇਟ ਟ੍ਰੇਨ ਚੱਲਣ ਵਾਲੀ ਜੀ, ਕੋਈ ਐਸਾ ਕੰਮ ਨਹੀਂ ਹੁੰਦਾ। ਪੈਸਾ ਕਿਤੇ ਚਲੇ ਜਾਂਦਾ ਵੈ, ਸਭ MLA MPਆਂ ਦੀ ਜੇਬਾਂ 'ਚ, ਠੀਕ ਹੈ ਜੀ। ਕੋਈ ਪਤਾ ਨਹੀਂ ਗਾ ਲੋਕਾਂ ਨੂੰ ਕਿ ਇਹ ਪੈਸਾ ਕਿੱਥੇ ਜਾ ਰਿਹਾ ਵੈ। ਉਹਨਾਂ ਨੇ ਮਤਲਬ 5,000 ਕਰੋੜ, 20,000 ਕਰੋੜ, 50,000 ਕਰੋੜ ਆਉਂ ਪਾਸ ਕਰਤਾ ਕਿ ਆਪਾਂ ਬੁਲੇਟ ਟ੍ਰੇਨ ਵਾਸਤੇ ਪਾਸ ਕੀਤਾ, ਉਹਦੇ ਉੱਤੇ ਕੋਈ ਇੰਪਲੀਮੈਂਟੇਸ਼ਨ ਨਹੀਂ ਹੁੰਦੀ ਸਰ। ਇਸ ਤਰ੍ਹਾਂ ਦੇ ਬੜੇ ਬੜੇ ਹੈਗੇ ਆ ਕੰਮ ਜਿਹੜੇ ਜਿਹਨਾਂ ਉੱਤੇ ਇੰਪਲੀਮੈਂਟੇਸ਼ਨ ਨਹੀਂ ਹੁੰਦੀ, ਪਰ ਉਹ ਬਜਟ ਵਿੱਚ ਮਤਲਬ ਮੇਨ ਮਤਲਬ ਮੁੱਦੇ ਰੱਖੇ ਜਾਂਦੇ ਆ ਪਾਰਲੀਮੈਂਟ 'ਚ, ਪਰ ਉਹਦੇ ਉੱਤੇ ਇੰਪਲੀਮੈਂਟ ਨਹੀਂ ਕੀਤਾ ਜਾਂਦਾ। ਪਟਾਰੀ ਵਿੱਚੋਂ ਕੀ ਨਿਕਲਦਾ ਵਾ ਇਹ ਤਾਂ ਪਤਾ ਲੱਗੇਗਾ ਬਾਅਦ 'ਚੋਂ, ਪਰ ਲੋਕਾਂ ਦੀ ਰਾਏ ਜਾਣਨੀ ਬਹੁਤ ਜ਼ਰੂਰੀ ਆ ਕੀ ਕਹਿਣਾ ਚਾਹੁੰਦੇ। 5 ਲੱਖ ਰੁਪਏ ਦਾ ਟੈਕਸ ਰਿਬੇਟ ਦੀ ਇਹਨਾਂ ਨੇ ਅਨਾਊਂਸਮੈਂਟ ਹੋਈ ਸੀ, ਉਸ 'ਤੇ ਇੰਪਲੀਮੈਂਟ ਹੋ ਜਾਵੇ ਤਾਂ ਜ਼ਿਆਦਾ ਵਧੀਆ। ਬਸ ਮੇਨ ਤਾਂ ਇਹੀ ਹੈ, ਮੇਨ ਇਹੀ ਆ ਭਾਅ ਜੀ, ਕਿਸ ਤਰ੍ਹਾਂ ਦਾ ਬਜਟ ਚਾਹੁੰਦੇ ਜੇ। ਹਰ ਚੀਜ਼ ਮਹਿੰਗੀ ਹੋ ਰਹੀ ਆ, ਲੱਗਦਾ ਵਾ ਕਿ ਇਸ ਬਜਟ ਵਿੱਚ ਕੋਈ ਰਾਹਤ ਮਿਲੇਗੀ। ਇਸ ਵਾਰੀ ਉਮੀਦ ਤਾਂ ਕਰਦੇ ਆ ਕਿ ਸ਼ਾਇਦ ਗੌਰਮੈਂਟ ਆਮ ਬੰਦੇ ਵਾਸਤੇ ਵੀ ਕੁਝ ਸੋਚੇ, ਨਹੀਂ ਤਾਂ ਹਰ ਵਾਰੀ ਮਿਡਲ ਕਲਾਸ ਤਾਂ ਮਰਦਾ ਹੀ ਪਿਆ। ਮਿਡਲ ਕਲਾਸ ਦੀ ਕੋਈ ਸੁਣਵਾਈ ਨਹੀਂ ਗੀ, ਮਿਡਲ ਕਲਾਸ ਦਾ ਬਿਜ਼ਨਸ ਲੋ ਲੈਵਲ 'ਤੇ ਜਾਈ ਜਾ ਰਿਹਾ, ਉਹਦੇ ਵਿੱਚ ਸਰਕਾਰ ਕੁਛ ਨਹੀਂ ਕਰ ਰਹੀ ਹੈ। ਮਤਲਬ ਕਿ ਉਹਦੇ ਵਿੱਚ ਉਮੀਦ ਤਾਂ ਹੈ ਕੁਛ ਹੋਏਗਾ, ਅੱਗੋਂ ਦੇਖੋ ਹਰ ਸਾਲ ਦੀ ਤਰ੍ਹਾਂ ਉਮੀਦ ਹੀ ਜਾਗਦੀ ਹੈ ਕਿ ਕੁਛ ਹੁੰਦਾ ਵੀ ਹੈ। ਹਰ ਵਾਰ ਉਮੀਦ ਜਾਗਦੀ ਹੈ, ਪਰ ਹੁਣ ਪਤਾ ਨਹੀਂ ਉਮੀਦ ਜਿਹੜੀ ਆ ਉਹਦੇ ਉੱਤੇ ਸਰਕਾਰ ਖਰੀ ਉਤਰਦੀ ਹੈ ਕਿ ਨਹੀਂ। ਸਰਕਾਰ ਨੂੰ ਮਿਡਲ ਕਲਾਸ ਬਾਰੇ ਸੋਚਣਾ ਹੀ ਚਾਹੀਦਾ, ਇਹਦੇ ਸੋਚਣਗੇ ਤਦ ਹੀ ਕੁਛ ਹੋਏਗਾ। ਜੇ ਮਿਡਲ ਕਲਾਸ ਬਾਰੇ ਨਹੀਂ ਸੋਚਣਗੇ ਤਾਂ ਫਿਰ ਤਾਂ ਕੰਮ ਨਹੀਂ ਸਹੀ ਹੋਏਗਾ, ਉਹਦੇ ਬਾਰੇ ਸੋਚਣਾ ਚਾਹੀਦਾ ਜੀ। ਉਮੀਦਾਂ ਬਹੁਤ ਲਗਾ ਕੇ ਬੈਠੇ ਨੇ ਲੋਕ, ਅੰਮ੍ਰਿਤਸਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਆ, ਉਹਨਾਂ ਦਾ ਕਹਿਣਾ ਵਾ ਕਿ ਸਰਕਾਰ ਹਰ ਵਾਰ ਕਹਿ ਦਿੰਦੀ ਹੈ ਕਿ ਬਜਟ ਵਧੀਆ ਪੇਸ਼ ਕੀਤਾ ਜਾਏਗਾ, ਪਰ ਬਜਟ ਕੁਝ ਖਾਸ ਨਹੀਂ ਪੇਸ਼ ਕੀਤਾ ਜਾਂਦਾ। ਹੁਣ ਦੇਖਣਾ ਹੋਏਗਾ ਕਿ ਸਰਕਾਰ ਇਸ ਵਾਰ ਜਿਹੜਾ ਬਜਟ ਪੇਸ਼ ਕਰਨ ਜਾ ਰਹੀ ਹੈ, ਅੱਜ ਜਿਹੜਾ ਬਜਟ ਪੇਸ਼ ਹੋਏਗਾ, ਉਹ ਬਜਟ ਦੇ ਵਿੱਚ ਲੋਕਾਂ ਵਾਸਤੇ ਖਾਸ ਕੀ ਲਿਆਂਦਾ ਜਾਂਦਾ ਵਾ, ਕਿਉਂਕਿ ਲੋਕਾਂ ਨੇ ਉਮੀਦਾਂ ਜਿਹੜੀਆਂ ਵਾ ਬਹੁਤ ਹੀ ਲਗਾਈਆਂ ਹੋਈਆਂ। ਕੈਮਰਾਮੈਨ ਦੀਪਕ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ।